ਕਾਬਿਆਂ ਦੇ ਨਾਲ ਚੌਂਕੀ ਦਿੰਦੇ ਸਿਰ ਘੁਮਾਉਂਦੇ ਖੇਡਾਂ ਖੇਡਦੇ ਲੋਕ ਤੁਸੀਂ ਬਹੁਤ ਦੇਖੇ ਹੋਣਗੇ, ਪਰ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਇਸ ਵੀਡੀਓ ਦੇ ਵਿੱਚ ਗਲਤ ਕੀ ਹੈ, ਤਾਂ ਇਸ ਵੀਡੀਓ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਜੋ ਬਾਬਾ ਇੱਥੇ ਚੌਂਕੀ ਦੇ ਰਿਹਾ ਹੈ, ਸਿਰ ਘੁਮਾ ਰਿਹਾ ਹੈ, ਖੇਡ ਰਿਹਾ ਹੈ, ਤੇ ਉਸਦੇ ਅੱਗੇ ਅੱਗੇ ਉਸਦੇ ਚੇਲੇ ਵੀ ਉਸੇ ਤਰ੍ਹਾਂ ਕਰ ਰਹੇ ਨੇ, ਤਾਂ ਇਸ ਬਾਬੇ ਦੇ ਹੱਥ ਵਿੱਚ ਨਾ ਤਾਂ ਕੋਈ ਖੂੰਡੀ ਹੈ ਤੇ ਨਾ ਹੀ ਕੋਈ ਚਿਮਟਾ, ਬਲਕਿ ਉਸਨੇ ਬੰਦੂਕ ਫੜੀ ਹੋਈ ਹੈ। ਬੰਦੂਕ ਲਹਿਰਾ ਕੇ ਹੱਥ ਫੜ ਕੇ ਉਹ ਖੇਡਾਂ ਖੇਡ ਰਿਹਾ ਹੈ ਤੇ ਨਾਲ ਆਪਣੇ ਚੇਲਿਆਂ ਨੂੰ ਖੜਾ ਰਿਹਾ ਹੈ। ਚੇਲੇ ਵੀ ਉਸੇ ਤਰ੍ਹਾਂ ਸਿਰ ਘੁਮਾ ਰਹੇ ਨੇ, ਪਰ ਇੱਥੇ ਵੱਡਾ ਰਿਸਕ ਇਹ ਹੈ ਕਿ ਇਸ ਬੰਦੂਕ ਦੇ ਵਿੱਚੋਂ ਜੇਕਰ ਗੋਲੀ ਚੱਲੀ ਤਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਦੂਜੀ ਗੱਲ, ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਸੋ ਇਸੇ ਤਰ੍ਹਾਂ ਹਥਿਆਰ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਪਾਉਣਾ ਇੱਕ ਕਾਨੂੰਨ ਅਪਰਾਧ ਹੈ, ਤੇ ਦੂਜੀ ਗੱਲ ਬੰਦੂਕ ਫੜ ਕੇ ਇਸ ਤਰ੍ਹਾਂ ਦੇ ਕੰਮ ਕਰਨਾ, ਖੇਡਾਂ ਖੇਡਣਾ, ਸਿਰ ਘੁਮਾਉਣਾ, ਤਾਂ ਗੋਲੀ ਚੱਲਣ ਦਾ ਡਰ ਵੀ ਬਣਿਆ ਹੋਇਆ ਹੈ, ਜਿਸ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਇਸੇ ਨੂੰ ਲੈ ਕੇ ਹੀ ਇੱਥੇ ਬਠਿੰਡਾ ਦੇ ਹੀ ਇੱਕ ਵਕੀਲ ਦੇ ਵੱਲੋਂ ਇਸ ਬਾਬੇ ਦੀ ਵੀਡੀਓ ਨੂੰ ਆਪਣੇ ਅਕਾਊਂਟ ਤੇ ਸ਼ੇਅਰ ਕੀਤਾ ਗਿਆ ਹੈ, ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ ਹੈ, ਤੇ ਨਾਲ ਹੀ ਬਠਿੰਡਾ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਇਹ ਵੀਡੀਓ ਵੀ ਬਠਿੰਡਾ ਦੀ ਹੀ ਦੱਸੀ ਜਾ ਰਹੀ ਹੈ, ਜਿੱਥੇ ਇੱਕ ਡੇਰੇ ਦੇ ਵਿੱਚ ਇਹ ਬਾਬਾ ਹੱਥ 'ਚ ਬੰਦੂਕ ਫੜ ਕੇ ਇਸੇ ਤਰ੍ਹਾਂ ਆਪਣੇ ਚੇਲਿਆਂ ਨੂੰ ਖੜਾਉਂਦਾ ਹੈ, ਤੇ ਚੇਲੇ ਵੀ ਉਹਦੇ ਅੱਗੇ ਸਿਰ ਘੁਮਾਉਂਦੇ ਨੇ, ਤੇ ਨਾਲ ਨਾਲ ਉਹ ਖੁਦ ਵੀ ਉਹਨਾਂ ਦੇ ਨਾਲ ਖੇਡਦਾ ਆ, ਸਿਰ ਘੁਮਾਉਂਦਾ ਆ, ਚੌਂਕੀ ਦਿੰਦਾ ਹੈ। ਅਜਿਹੇ 'ਚ ਜੇਕਰ ਇਸ ਬਾਬੇ ਦੇ ਹੱਥੋਂ ਗੋਲੀ ਚੱਲ ਜਾਏ ਤਾਂ ਸਾਹਮਣੇ ਕਿਸੇ ਦੀ ਵੀ ਜਾਨ ਜਾ ਸਕਦੀ ਹੈ, ਜਿਸ ਲਈ ਇਹ ਬਹੁਤ ਹੀ ਖਤਰਨਾਕ ਵੀਡੀਓ ਕਹੀ ਜਾ ਰਹੀ ਹੈ। ਇੱਥੇ ਪੁਲਿਸ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਬਾਬੇ ਦੇ ਖਿਲਾਫ ਕਾਰਵਾਈ ਕੀਤੀ ਜਾਏ, ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਹਥਿਆਰ ਦੇ ਨਾਲ ਇਸ ਤਰ੍ਹਾਂ ਵੀਡੀਓ ਪਾਉਣਾ ਤੇ ਦੂਜਿਆਂ ਦੀ ਜਾਨ ਨੂੰ ਖਤਰੇ 'ਚ ਪਾਉਣਾ ਇਹ ਕਾਫੀ ਖਤਰਨਾਕ ਹੈ। ਦੱਸਦੇ ਕਿ ਵੀਡੀਓ ਦਿਖਾਉਣ ਦਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ, ਬਲਕਿ ਜਾਗਰੂਕ ਕਰਨਾ ਹੈ ਕਿ ਇਸ ਦੇ ਨਾਲ ਕੀ ਨੁਕਸਾਨ ਹੋ ਸਕਦਾ ਹੈ। ਅਜਿਹੀਆਂ ਕਈ ਵੀਡੀਓ ਸਾਹਮਣੇ ਆਉਂਦੀਆਂ ਨੇ ਜਿੱਥੇ ਡੇਰਿਆਂ ਦੇ ਉੱਤੇ ਲੋਕ ਇਸੇ ਤਰ੍ਹਾਂ ਖੇਡਾਂ ਖੇਡਦੇ ਨੇ, ਚੌਂਕੀਆਂ ਦਿੰਦੇ ਨੇ, ਪਰ ਬੰਦੂਕ ਹੱਥ 'ਚ ਫੜ ਕੇ ਚੌਂਕੀ ਦਵਾਉਣਾ ਜਾਂ ਦੇਣਾ ਇਹ ਕਿੱਥੋਂ ਤੱਕ ਸਹੀ ਹੈ? ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਤੇ ਇਸ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਮੇਰਾ ਨਾਮ ਐਡਵੋਕੇਟ ਬਾਬੂ ਸਿੰਘ ਮਾਨ ਆ ਜੀ, ਮੈਂ ਬਠਿੰਡਾ ਡਿਸਟ੍ਰਿਕਟ ਕੋਰਟ ਵਿੱਚ ਪ੍ਰੈਕਟਿਸ ਕਰਦਾ ਹਾਂ। ਤੇ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ, ਕੀ ਇਸ ਨੂੰ ਲੈ ਕੇ ਤੁਹਾਡਾ ਐਨਾਲਿਸਿਸ ਕਰਨਾ ਹੈ? ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਮੇਰੇ ਫੇਸਬੁੱਕ ਤੇ ਵੀ ਇਹ ਮੈਂ ਪਾਈ ਸੀਗੀ, ਕਿਉਂਕਿ ਇਹਦੇ 'ਚ ਕੀ ਆ, ਇੱਕ ਚੇਲਾ ਜੋ ਸਿਰ ਘੁਮਾ ਰਿਹਾ ਹੈਗਾ ਤਾਂ ਉਹਦੇ ਹੱਥ ਦੇ ਵਿੱਚ ਇੱਕ ਡਬਲ ਬੈਰਲ ਗਨ ਹੈਗੀ ਆ, ਬਨਾਲੀ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਖੇਡ ਵੀ ਰਿਹਾ ਹੈਗਾ ਇੰਨੀ ਤੇਜ਼ੀ ਨਾਲ, ਉਹਦੇ ਹੱਥ 'ਚ ਬਨਾਲੀ ਹੈ, ਜੇ ਉੱਥੇ ਜਿਹੜੇ ਲੋਕ ਆ ਉਹ ਵੀ ਉੱਥੇ ਮੌਜੂਦ ਆ, ਜਦੋਂ ਕਿ ਉਹਦੇ ਦੋ ਚੇਲੇ ਆ ਨਾਲ ਉਹਦੇ ਖੇਡ ਵੀ ਰਹੇ ਆ। ਜੇਕਰ ਕੁਛ ਮੰਨ ਲਓ ਉਹਦੇ 'ਚੋਂ ਕੋਈ ਵੀ ਟਰੈਗਰ ਉੱਥੋਂ ਦੱਬਿਆ ਜਾਂਦਾ ਹੈਗਾ ਤਾਂ ਉਹਦੇ ਨਾਲ ਉੱਥੇ ਕੁਛ ਵੀ ਜੋ ਮਿਸ ਹੈਪਨਿੰਗ ਆ ਉਹ ਘਟਨਾ ਵਾਪਰ ਸਕਦੀ ਹੈ। ਪੰਜਾਬ ਸਰਕਾਰ ਨੇ 2022 ਦੇ ਵਿੱਚ ਹੀ, ਕਿਉਂਕਿ ਜਦੋਂ ਉਸ ਤੋਂ ਪਹਿਲਾਂ ਕਈ ਘਟਨਾਵਾਂ ਇੱਦਾਂ ਦੀਆਂ ਹੋਈਆਂ, ਪੰਜਾਬ ਸਰਕਾਰ ਨੇ 2022 ਦੇ ਵਿੱਚ ਜੋ ਗਨ ਕਲਚਰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਦੇ ਸੀ ਉਹਨਾਂ ਦੇ ਖਿਲਾਫ ਮਾਣਯੋਗ DGP ਪੰਜਾਬ ਨੇ ਵੀ ਆਪਣੇ ਮਾਣਯੋਗ ਹਾਈਕੋਰਟ ਨੂੰ ਵੀ ਉੱਥੇ ਆਪਦੇ ਐਫੀਡੈਵਿਟ ਰਾਹੀਂ ਦੱਸਿਆ ਸੀ ਕਿ ਅਸੀਂ ਜੋ ਵੀ ਗਨ ਕਲਚਰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਦੇ ਆ ਉਹਨਾਂ ਦੇ ਅਗੇਂਸਟ ਜੋ ਵੀ ਲੀਗਲੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇਗੀ। ਠੀਕ ਹੈ,
ਪਰ ਉਹ ਮਤਲਬ ਕਿ ਉਹ ਨੋਟੀਫਿਕੇਸ਼ਨ ਹੋਣ ਦੇ ਬਾਅਦ ਵੀ ਹਾਲੇ ਤੱਕ ਇਹ ਚੀਜ਼ ਰੁਕ ਨਹੀਂ ਰਹੀ ਸੋਸ਼ਲ ਮੀਡੀਆ 'ਤੇ। ਇਸ ਦਾ ਪ੍ਰਦਰਸ਼ਨ ਕਈ ਕਾਨੂੰਨ ਤੋਂ ਉੱਪਰ ਜਾ ਕੇ ਤਾਂ ਜੋ ਮਿਸਯੂਜ ਕਰ ਰਹੇ ਆ। ਈਵਨ ਕਿ ਮਾਨਯੋਗ DC ਬਠਿੰਡਾ ਦੁਆਰਾ ਵੀ ਇੱਕ ਲੈਟਰ ਇਹਦੇ ਰਿਗਾਰਡਿੰਗ ਕੱਢਿਆ ਗਿਆ ਹੈ, ਪਰ ਇਹ ਲੋਕ ਹਾਲੇ ਵੀ ਉਸ ਜੋ ਉਹਨਾਂ ਦਾ ਆਰਡਰ ਆ ਉਹਦੀ ਵੀ ਕੰਪਲਾਈਂਸ ਨਹੀਂ ਕਰਦੇ, ਉਹਦੇ ਅਕੋਰਡਿੰਗ ਵੀ ਨਹੀਂ ਚੱਲ ਰਹੇ। ਆਰਮਜ਼ ਐਕਟ ਦੇ ਮੁਤਾਬਕ ਜਿਹੜੀ ਕੋਈ ਵੀ ਗਨ ਦਾ ਜੋ ਲਾਇਸੈਂਸੀ ਹੈ, ਲਾਇਸੈਂਸ ਇਹਨਾਂ ਨੂੰ ਸਿਰਫ ਦਿੰਦੇ ਆ ਸਿਰਫ ਆਪਦੀ ਪ੍ਰੋਟੈਕਸ਼ਨ ਲਈ, ਉਹ ਵੀ ਕੁਛ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖਦੇ ਵੀ ਜਿੱਥੇ ਕੋਈ ਲਾਈਫ ਅਤੇ ਲਿਬਰਟੀ ਨੂੰ ਉਹਦੇ ਜ਼ਿਆਦਾ ਖਤਰਾ ਹੈਗਾ। ਪਰ ਇਹਦਾ ਮਤਲਬ ਇਹ ਨਹੀਂ ਗਾ ਵੀ ਅਸੀਂ ਉਹਨੂੰ ਚੱਕ ਲਈ ਜਿੱਥੇ ਮਰਜ਼ੀ ਉਹਨੂੰ ਚੱਕ ਲਓ, ਉਹਨੂੰ ਉੱਥੇ ਯੂਜ਼ ਕਰੀ ਚਲੋ, ਲੋਕਾਂ ਨੂੰ ਦਿਖਾਈ ਚਲੋ, ਉਹਦੇ ਲਈ ਨਹੀਂ। ਕਿਉਂਕਿ ਇਹਦੇ ਆਰਮਜ਼ ਐਕਟ ਦੇ ਮੁਤਾਬਕ ਇਹਨੂੰ ਇੱਕ ਰੱਖਣ ਦੀ ਜਗ੍ਹਾ ਵੀ ਬਕਾਇਦਾ ਉਹਦੇ ਵਿੱਚ ਫੋਟੋਗ੍ਰਾਫਸ ਲੱਗਦੇ ਆ, ਇੱਕ ਉਹ ਜੋ ਅਲਮੀਰਾ ਵਗੈਰਾ ਗੀ ਉਹਦੀਆਂ ਫੋਟੋਗ੍ਰਾਫਸ ਨਾਲ ਲੱਗਦੀਆਂ ਹੈਗੀਆਂ ਜੋ ਆਰਮਜ਼ ਐਕਟ ਦੇ ਮੁਤਾਬਕ, ਵੀ ਅਸੀਂ ਇਹਨੂੰ ਕਿਹੜੀ ਸੇਫ ਜਗ੍ਹਾ 'ਤੇ ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਹੁਣ ਜੋ ਇਹ ਚੇਲੇ ਦੇ ਹੱਥ 'ਚ ਗਨ ਆ ਉਹਨੂੰ ਦੇਖ ਕੇ ਹੁਣ ਇਹ ਨਹੀਂ ਪਤਾ ਗਾ ਵੀ ਇਹ ਗਨ ਹੈ ਕਿਹਦੀ, ਮੰਨ ਲਓ ਜੇ ਇਸ ਦੀ ਆ ਤਾਂ ਇਹ ਉਹਨੂੰ ਫਿਰ ਵੀ ਨਹੀਂ ਇਸ ਤਰ੍ਹਾਂ ਨਾਲ ਉਹਨੂੰ ਵਰਤ ਸਕਦਾ ਗਾ। ਜੇ ਉਹ ਗਨ ਇਹਦੀ ਹੈ ਨਹੀਂ ਤਾਂ ਜੋ ਇਹਦਾ ਅਸਲੀ ਮਾਲਕ ਆ ਜਿਹਦੇ ਜਿਹਨੂੰ ਲਾਇਸੈਂਸ ਮਿਲਿਆ ਹੈਗਾ ਉਹ ਕਿਸੇ ਸੈਕਿੰਡ ਬੰਦੇ ਨੂੰ ਉਹ ਗਨ ਦੇ ਵੀ ਨਹੀਂ ਸਕਦਾ ਹੈਗਾ ਕਾਨੂੰਨ ਦੇ ਮੁਤਾਬਕ। ਬਿਲਕੁਲ ਕਾਰਵਾਈ ਬਣਦੀ ਹੈ ਜੀ ਕਾਨੂੰਨ ਦੇ ਮੁਤਾਬਕ। ਤਾਂ ਇਹ ਡਬਲ ਬੈਰਲ ਗਨ ਆ ਜੋ ਉਹਦੇ ਵੀਡੀਓ 'ਚ ਦਿਖ ਰਹੀ ਆ, ਉਹ ਜਿੱਦਾਂ ਇੱਕ ਹਾਕੀ ਟਾਈਪ ਛੋਟੀ ਜੀ, ਠੀਕ ਹੈ ਨਾ, ਉਹ ਡਬਲ ਬੈਰਲ ਹੈ। ਨਹੀਂ ਪੁਲਿਸ ਨੂੰ ਇਹਦੇ 'ਚ ਅਸੀਂ ਜੋ ਮੇਰਾ ਸੋਸ਼ਲ ਮੀਡੀਆ 'ਤੇ ਮੇਰੀ ਆਪਦੀ ID ਹੈ, ਮੈਂ ਉਹਦੇ 'ਤੇ ਜ਼ਰੂਰ ਪਾਇਆ ਹੈਗਾ। ਮਾਨਯੋਗ SSP ਬਠਿੰਡਾ ਨੂੰ ਵੀ ਮੈਂ ਉਹਦੇ 'ਚ ਇਹੀ ਰਿਕੁਐਸਟ ਕੀਤੀ ਆ ਵੀ ਇਹ ਜੋ ਇੱਦਾਂ ਦਾ ਗਨ ਕਲਚਰ ਆ, ਕਿਉਂਕਿ ਅੱਜ ਇਹਨਾਂ ਨੇ ਚੱਕੀ ਆ, ਇਹਨਾਂ ਨੂੰ ਦੇਖ ਕੇ ਚਾਰ ਹੋਰ ਚੱਕਣਗੇ, ਜੇਕਰ ਇਹਨਾਂ 'ਤੇ ਠੱਲ ਨਾ ਪਏਗੀ ਤਾਂ ਗਨ ਕਲਚਰ ਉਸ ਤੋਂ ਜ਼ਿਆਦਾ ਪ੍ਰਮੋਟ ਹੋਵੇਗਾ। ਮੋਰਓਵਰ ਜਿਹੜੀ ID ਤੋਂ ਇਹ ਪਈ ਹੈਗੀ ਆ ਉਹ ਮੈਂ ਉਹਦਾ ਨਾਲ ਸਕਰੀਨਸ਼ੋਟ ਵੀ ਆਪਣੀ ਮੇਰੀ ਜੋ ਫੇਸਬੁੱਕ ID ਉਹਦੇ 'ਤੇ ਮੈਂ ਸਕਰੀਨਸ਼ੋਟ ਵੀ ਪਾਇਆ ਹੈ। ਨਹੀਂ ਹੁਣ ਮੈਂ ਜਿੰਨਾ ਕੁ ਮੈਨੂੰ ਮੈਂ ਦੇਖਿਆ ਉਹ ਵੀਡੀਓ ਉਸ 'ਤੇ ਹੈ ਨਹੀਂ ਗੀ, ਵੀਡੀਓ ਇਹਨਾਂ ਨੇ ਉੱਥੋਂ ਆਪਦੇ ਜੋ ਸਿੰਗਰ ਮਨੀ ਅਟਵਾਲ 786 ID ਹੈ ਉਹਦੇ 'ਤੇ ਇਹ ਵੀਡੀਓ ਹੁਣ ਹੈ ਨਹੀਂ ਗੀ।